ਤੁਹਾਡਾ ਨਾਮ ਕੀ ਹੈ ਜੀ? ਕੁਲਵੰਤ ਸਿੰਘ। ਔਰ ਤੁਹਾਡਾ ਪਿੰਡ ਜੀ? ਨਵਾਂ ਮੋਪੀ ਕਾ ਜੀ, ਮੇਰਾ ਡਿਸਟ੍ਰਿਕਟ ਸੰਦੂਰਾ ਤਹਿਸੀਲ ਮੋਪੀ ਥਾਣਾ ਖਰਾਵਾ। ਆ ਪ੍ਰਿਤਪਾਲ ਤੁਹਾਡੇ ਪਿੰਡ ਦਾ ਹੀ ਨੌਜਵਾਨ ਹੈ? ਪਿੰਡ ਦਾ ਨਾਮ। ਕਿੰਨੇ ਦਿਨਾਂ ਤੋਂ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਸੀ ਪ੍ਰਿਤਪਾਲ? ਕੀਤਾ ਦੇਖੋ, ਜਦੋਂ ਆਪਦੇ ਖੇਤੀਬਾੜੀ ਚੋਂ ਟਾਈਮ ਕੱਢ ਕੇ ਬਹੁਤ ਦਿਨਾਂ ਦਾ ਧਰਨਾ ਲੱਗਾ ਹੋਇਆ, ਜਦੋਂ ਲੰਗਰ ਪਾਣੀ ਦਾ ਜਦੋਂ ਵੀ ਆਤਨ ਖੜਕੇ ਜਦੋਂ ਵੀ ਲੰਗਰ ਲੈ ਕੇ ਜਾਣਾ ਹੁੰਦਾ ਸੀ, ਇਹ ਜਾਂਦਾ ਸੀ ਨਾਲ, ਜਿਹੜੇ ਪਿੰਡ ਦੇ ਨੌਜਵਾਨ ਹੋਰ ਵੀ ਜਾਂਦੇ ਉਹਨਾਂ ਦੇ ਨਾਲ ਜਾਂਦਾ ਸੀ। ਉਸ ਦਿਨ ਵੀ ਇਸੇ ਤਰੀਕੇ ਲੰਗਰ ਛਕਾ ਕੇ ਟਰਾਲੀ ਦੇ ਵਿੱਚ ਬੈਠਾ ਹੋਇਆ ਸੀ, ਟਰਾਲੀ ਵਿੱਚ ਬੈਠਾ ਹੋਇਆ ਸੀ। ਉਧਰੋਂ ਹਰਿਆਣਾ ਜਿਹੜੇ ਕਰਮਚਾਰੀ ਸੀ, ਪੁਲਿਸ ਦੇ ਕਰਮਚਾਰੀ ਸੀ, ਚਾਹੇ ਕੁਛ ਹੋਰ ਗੁੰਡੇ ਸੀ, ਨਾਲ ਹੋਰ ਪੁਲਿਸ ਸਿਵਲ ਵਰਦੀ ਦੇ ਵਿੱਚ ਵੀ ਲੋਕ ਸੀ, ਉਹਨਾਂ ਨੇ ਜਿਹੜੇ ਪ੍ਰਿਤਪਾਲ ਨੂੰ ਚੱਕ ਕੇ ਹਰਿਆਣੇ ਵਾਲੀ ਸਾਈਡ ਲਿਜਾ ਕੇ ਬੋਰੇ ਦੇ ਵਿੱਚ ਪਾ ਕੇ ਬਹੁਤ ਕੁੱਟਿਆ ਮਾਰਿਆ, ਬੜਾ ਕਸਤਾ ਝਾਲਿਆ। ਉਹਨਾਂ ਨੇ ਆਪਣੀ ਜਿਹੜੀ ਬੁੱਚੜਪਣਾ ਦਿਖਾਇਆ ਵੀ ਅਸੀਂ ਬੁੱਚੜ ਹਾਂ, ਹਰਿਆਣੇ ਵਾਲੇ ਜਿਹੜੀ ਸਰਕਾਰ ਹੈ ਬੀਜੇਪੀ ਦੀ, ਉਹਨਾਂ ਨੇ ਆਪਦੇ ਅਫਸਰਾਂ ਨੂੰ ਇੰਨਾ ਕੁ ਪ੍ਰੈਸ਼ਰਾਈਜ਼ ਕੀਤਾ ਹੋਇਆ ਸੀ ਵੀ ਜੇ ਜਿਹਦੇ ਕੋਈ ਗੋਲੀ ਮਾਰੀ ਜਾਂਦੀ ਹੈ ਗੋਲੀ ਮਾਰ ਕੇ ਮਾਰੋ, ਡਾਂਗਾਂ ਨਾਲ ਮਾਰਿਆ ਜਾਂਦਾ ਡਾਂਗਾਂ ਨਾਲ ਮਾਰੋ। ਉੱਥੇ ਇਹਦੇ ਨਾਲ ਹੀ ਜਿਹੜਾ ਪ੍ਰਿਤਪਾਲ ਦੇ ਇੱਕ ਲੜਕਾ ਸੀ ਸ਼ੁਭ ਕਰਨਾ ਜੀ, ਉਹਦੀ ਵੀ ਇਸੇ ਦੇ ਨਾਲ ਹੀ 5-4 ਮਿੰਟ ਦਾ ਜਿਹੜਾ ਫਾਸਲੇ ਦੇ ਵਿੱਚ ਮੌਤ ਹੋਈ ਹੈ। ਇਹਨਾਂ ਦੇ ਨਾਲ ਹੀ ਫਿਰ ਜਿਹੜੇ 25-30 ਬੰਦੇ ਹੋਰ ਫੱਟੜ ਵੀ ਹੋਏ ਸੀ, ਉਹ ਫੱਟੜ ਹੋ ਕੇ ਇੱਧਰਲੀ ਸਾਈਡ ਇਹ ਆਪਦੇ ਆਪਦੇ ਕੋਈ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਜਿਹੜੇ ਬੰਦੇ ਕੁਛ ਬੰਦੇ ਸੀ 5-7 ਤਾਂ ਹਾਲੇ ਪਤਾ ਵੀ ਆ ਗੁੰਮ ਵੀ ਨਹੀਂ ਬੰਦੇ। ਤੁਸੀਂ ਜਾਣਕਾਰੀ ਕੱਢੀ ਹੋਣੀ ਹੈ, ਇਹ ਪੰਜਾਬ ਵਾਲੀ ਸਾਈਡ ਸਭ ਕੁਝ ਸ਼ੁਭਕਰਮਨ ਦੇ ਵੀ ਉਦੋਂ ਹੀ ਗੋਲੀ ਲੱਗਦੀ ਹੈ ਜੀ? ਸ਼ੁਭਕਰਮਨ ਦੇ ਵੀ ਉਸੇ ਟਾਈਮ ਹੀ ਲੱਗਦੀ ਹੈ, ਪੰਜਾਬ ਵਾਲੀ ਸਾਈਡ ਤੋਂ ਗੋਲੀ ਲੱਗੀ ਆ, ਹਰਿਆਣੇ ਵਾਲੀ ਸਾਈਡ ਤੋਂ ਗੋਲੀ ਆਈ ਆ। ਪੰਜਾਬ ਵਾਲੀ ਸਾਈਡ ਉਹ ਬੈਠਾ ਸੀ, ਉਹਨੂੰ ਜਦੋਂ ਲੈ ਕੇ ਗਏ ਆ ਸ਼ੁਭਕਰਮਨ ਨੂੰ ਤਾਂ ਲੈ ਆ, ਜਿਹੜੇ ਕਿਸਾਨ ਜਥੇਬੰਦੀਆਂ ਸੀ ਸ਼ੁਭਕਰਮਨ ਵਾਲੇ ਪਾਸੇ ਉਲਝ ਗਏ। ਇਹਦਾ ਪਤਾ ਸਾਨੂੰ 2 ਘੰਟੇ ਬਾਅਦ ਲੱਗਾ ਵੀ ਜਦੋਂ ਪੁਲਿਸ ਨੇ ਫੋਨ ਕਰਵਾਇਆ ਪ੍ਰਿਤਪਾਲ ਤੋਂ। ਸਾਨੂੰ ਤਾਂ ਇਸਦਾ ਪਤਾ ਵੀ ਨਹੀਂ ਸੀ, ਕਿਸਾਨ ਜਥੇਬੰਦੀ ਧਰਨੇ ਦਾ ਵੀ ਨਹੀਂ ਪਤਾ ਸੀ। ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨੂੰ ਤਾਂ ਰੋਹਤਕ ਲੈ ਗਿਆ, ਅਸੀਂ ਰੋਹਤਕ ਗਏ ਹਾਂ। ਰੋਹਤਕ ਵੀ ਹੀ ਜਿਹੜਾ ਸਰਕਾਰ ਵੱਲੋਂ ਇੰਨਾ ਪ੍ਰੈਸ਼ਰ ਬਣਾਇਆ ਗਿਆ ਬੇਹੱਦ, ਡਾਕਟਰਾਂ ਤੇ ਪੁਲਿਸ ਤੇ ਹਰੇਕ, ਮਤਲਬ ਹਰੇਕ ਤੇ ਪ੍ਰੈਸ਼ਰ ਇੰਨਾ ਸੀ ਕਿ ਸਰਕਾਰ ਕਹਿੰਦੀ ਸੀ ਵੀ ਇਹਦਾ ਇੱਥੇ ਇਲਾਜ ਕਰੋ, 5-4 ਦਿਨਾਂ ਦੇ ਵਿੱਚ ਇਹਨੂੰ ਮੈਡੀਕਲ ਫਿੱਟ ਦਿਖਾਓ, ਇਹਨੂੰ ਜੇਲ੍ਹ ਚ ਪਾਈਏ। 307 ਦੇ ਉੱਤੇ 307 ਵੀ ਲਾਈ ਹੋਈ ਆ। ਹੋਰ ਵੀ ਸਾਨੂੰ ਅਜੇ ਇੱਕ ਧਾਰਾ ਦਾ ਪਤਾ ਜੋ ਸਾਨੂੰ ਹਰਿਆਣੇ ਦੇ ਐਸ ਪੀ ਨੇ ਦੱਸਿਆ ਵੀ ਤੁਹਾਡੇ ਜਿਹੜੇ ਲੜਕੇ ਤੇ ਅਸੀਂ 307 ਲਾਈ ਹੋਈ ਆ, ਇਹ ਜਾਣਕਾਰੀ ਮਿਲੀ ਹੈ ਜੀ? ਇਹ ਵਾਰੀ ਅਸੀਂ ਐਸ ਪੀ ਨੂੰ ਵੀ ਮਿਲੇ ਸੀ, ਡੀ ਐਸ ਪੀ ਨੂੰ ਵੀ ਮਿਲੇ ਸੀ, ਐਸ ਐਚ ਓ ਨੂੰ ਵੀ, ਜਿਹੜੇ ਅਧਿਕਾਰੀਆਂ ਨੂੰ ਤਾਂ ਸਭ ਨੂੰ ਮਿਲੇ ਸੀ। ਉਹਨਾਂ ਨੂੰ ਜਦੋਂ ਕਿਹਾ ਵੀ ਸਰ ਸਾਡੀ ਰਿਕੁਐਸਟ ਇੱਕ ਹੈ, ਜੋ ਤੁਹਾਡਾ ਕਾਨੂੰਨ ਕਹਿੰਦਾ ਤੁਸੀਂ ਕਾਨੂੰਨ ਦੇ ਅਧਿਕਾਰ ਖੇਤਰ ਦੇ ਵਿੱਚ ਰਹਿ ਕੇ ਜੋ ਤੁਹਾਡਾ ਕਾਨੂੰਨ ਕਹਿੰਦਾ ਉਸੇ ਤਰੀਕੇ ਕਰ ਲਓ, ਤੁਸੀਂ ਆਪਦੀ ਜਿਹੜੀ ਸਕਿਉਰਿਟੀ ਹੈ ਸਾਡੇ ਪ੍ਰਿੰਸੀਪਲ ਦੇ ਨਾਲ, ਇੱਥੇ ਵੀ ਤਾਂ 4 ਬੰਦੇ ਲਾਏ ਹੋਏ ਆ, 4 ਬੰਦੇ ਪੀਜੀਆਈ ਭੇਜ ਦਿਓ, ਡੀਐਮਸੀ ਭੇਜ ਦਿਓ, ਸਾਡੇ ਤੋਂ ਜੋ ਤੁਹਾਡੇ ਤੋਂ ਲਿਖਵਾਇਆ ਜਾਂਦਾ ਲਿਖਵਾ ਲਓ, ਪਰ ਅਸੀਂ ਇਲਾਜ ਆ ਜਿਹੜਾ ਪ੍ਰਿੰਸੀਪਲ ਦਾ ਇੱਥੇ ਨਹੀਂ ਕਰਾਉਣਾ, ਸਾਨੂੰ ਖਤਰਾ ਹੈ। ਉੱਥੇ ਕਿਤੇ ਸਹੀ ਨਹੀਂ ਹੋ ਰਿਹਾ ਸੀ? ਨਹੀਂ ਹੋ ਰਿਹਾ ਸੀ। ਦੇਖੋ ਜਿਹੜੀ ਉੱਥੇ ਪ੍ਰੈਸ਼ਰ ਹੀ ਇੰਨਾ ਸੀ, ਇਲਾਜ ਤੋਂ ਦੇਖੋ ਅਸੀਂ ਕਰਾਉਣ ਚ ਸਾਨੂੰ ਡਰ ਸੀ ਕਿ ਵੀ ਜੇ ਕਿਤੇ ਆਪਰੇਸ਼ਨ ਦੌਰਾਨ ਡਾਕਟਰਾਂ ਤੇ ਕੋਈ ਪ੍ਰੈਸ਼ਰ ਹੋ ਗਿਆ ਵੀ ਤੁਸੀਂ ਇਹਨੂੰ ਕੋਈ ਟੈਕ ਦਿਖਾ ਦੋ ਜਾਂ ਕੁਛ ਨਾ ਕੁਛ ਦਿਖਾ ਦੋ, ਤੇ ਪ੍ਰਿੰਸੀਪਲ ਦੀ ਮੌਤ ਵੀ ਤਾਂ ਹੋ ਸਕਦੀ ਸੀ ਆਪਰੇਸ਼ਨ ਦੇ ਵਿੱਚ, ਤੇ ਇਹਨਾਂ ਨੇ ਕਰਨੀ ਵੀ ਇਹਨਾਂ ਨੇ ਸੀ, ਹੋਣਾ ਤਾਂ ਨਹੀਂ ਸੀ ਪਰ ਇਹਨਾਂ ਨੇ ਕਰਨੀ ਸੀ। ਸਾਨੂੰ ਇਸ ਗੱਲ ਦਾ ਪਤਾ ਸੀ, ਜਦੋਂ ਪੁਲਿਸ ਤੇ ਪ੍ਰੈਸ਼ਰ ਹੋ ਸਕਦਾ ਡਾਕਟਰਾਂ ਤੇ ਕਿਉਂ ਨਾ, ਡਾਕਟਰ ਵੀ ਤਾਂ ਸਰਕਾਰ ਦੇ ਹੀ ਹੁੰਦੇ ਆ, ਸਰਕਾਰ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਸਾਰੇ ਸ਼ੰਕੇ ਪਰਿਵਾਰ ਦੇ ਸੀ, ਤੁਹਾਡੇ ਸੀ, ਤੁਹਾਡੇ ਪਿੰਡ ਦੇ? ਹਾਂਜੀ ਬਿਲਕੁਲ, ਮੈਂ ਵੀ ਉਸੇ ਦਿਨ ਤੋਂ ਨਾਲ ਹੀ ਜੁੜਿਆ ਸੀ, ਪਰਿਵਾਰ ਵੀ ਮੇਰੇ ਨਾਲ, ਅਸੀਂ ਜਿਹੜੇ 5-7 ਜੀ ਸੀ ਅਸੀਂ ਪਹਿਲੇ ਦਿਨ ਤੋਂ ਨਾਲ ਜੁੜੇ ਸੀ। ਉੱਥੇ ਦੇ ਜਿਹੜੇ ਹਾਲਾਤ ਸੀ, ਅਸੀਂ ਜਦੋਂ ਕਈ ਵਾਰੀ ਅਸੀਂ 3 ਜਣੇ ਸੀ ਜਿਹੜੇ ਮੇਨ ਸੀ, ਅਸੀਂ ਕਈ ਵਾਰੀ ਇੱਧਰ ਉੱਧਰ ਜਾਂਦੇ ਸੀ। ਉੱਥੇ ਜਿਹੜੀ ਸੀਐਡੀ ਸੀ, ਸੀਐਡੀ ਸਾਡੇ ਪਿੱਛੇ ਪਿੱਛੇ ਜਾਂਦੀ ਸੀ ਵੀ ਅਸੀਂ ਫੋਨ ਤੇ ਗੱਲ ਕਿਹਦੇ ਨਾਲ ਕਰਦੇ ਹਾਂ, ਕੌਣ ਆ ਇਹਨਾਂ ਦਾ ਬੰਦਾ ਮੇਰਾ, ਜਦਕਿ ਕਿਸੇ ਨੂੰ ਪਤਾ, ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਸੀ ਆਪਦੀ ਜ਼ਬਾਨੀ ਮੈਂ ਕੌਣ ਆ। ਉਹਨਾਂ ਨੂੰ ਪਤਾ ਸੀ ਵੀ ਇਹ ਸਰਪੰਚ ਆ। ਗੋਰੀਆਂ ਚ ਪਾ ਕੇ ਕੁਛ ਨੌਜਵਾਨ ਕੋਈ ਹੋਰ ਵੀ ਇਸ ਤਰ੍ਹਾਂ ਦੇ ਨਾਲ, ਜਿਸ ਤਰ੍ਹਾਂ ਦਾ ਪ੍ਰਿੰਸੀਪਲ ਦੇ ਨਾਲ ਹੋਇਆ, ਤੁਸੀਂ ਜਾਣਕਾਰੀ ਲੱਭੀ ਹੋਣੀ, ਬਹੁਤ ਸਾਰੇ ਲੋਕ ਤੁਹਾਨੂੰ ਮਿਲੇ ਹੋਣੇ, ਕੋਈ ਪਹੁੰਚੀਏ? ਦੇਖੋ ਅਸੀਂ 2 ਦਿਨਾਂ ਤੋਂ ਤਾਂ ਅਸੀਂ ਆਪਦੇ ਚੱਕਰ ਚ ਬਹੁਤ ਉਲਝ ਗਏ। ਹਾਈ ਕੋਰਟ ਵੀ ਜਾਣਾ, ਹਾਈ ਕੋਰਟ ਦੇਖੋ ਮੈਂ ਧੰਨਵਾਦ ਕਰਦਾ ਕੁਲਦੇਵ ਸਿੰਘ ਸਿਰਸਾ ਜੀ ਦਾ, ਜਿਨ੍ਹਾਂ ਨੇ ਸਾਨੂੰ ਉੱਥੋਂ ਕੱਢਣ ਤੇ ਬੜੇ ਜਦੋ ਜਹਿਦ ਦੇ ਨਾਲ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਲੈ ਕੇ ਹਾਈ ਕੋਰਟ ਦੇ ਨੁਮਾਇੰਦੇ ਆਏ ਉੱਥੇ। ਹਾਈ ਕੋਰਟ ਜੱਜ ਸਾਹਿਬ ਨੇ ਉੱਥੇ ਇੱਕ ਆਪਦਾ ਨੁਮਾਇੰਦਾ ਭੇਜਿਆ ਵੀ ਤੁਸੀਂ ਉੱਥੇ ਉਹਨਾਂ ਦੇ ਕੋਲ ਜਾਓ, ਉਹਨਾਂ ਨੂੰ ਕਹੋ ਵੀ ਜਦੋਂ ਇਹ ਆਪਦਾ ਬੰਦਾ ਕਿਸੇ ਹਸਪੀਟਲ ਦੇ ਵਿੱਚ ਲਿਜਾ ਕੇ ਇਲਾਜ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਇਤਰਾਜ਼ ਕੀ ਆ? ਵੀ ਤੁਹਾਨੂੰ ਇਤਰਾਜ਼ ਆ ਤਾਂ ਦੱਸੋ ਵੀ ਜਦੋਂ ਇਲਾਜ ਨਹੀਂ ਕਰਵਾਉਣਾ ਚਾਹੁੰਦੇ। ਹੁਣ ਸਰ ਚੰਡੀਗੜ੍ਹ ਪਹੁੰਚ ਗਏ, ਹੁਣ ਤੁਹਾਡੀ ਮੰਗ ਕੀ ਹੈ? ਪੰਜਾਬ ਸਰਕਾਰ ਤੋਂ ਕੀ ਮੰਗ ਹੈ? ਕਿਸ ਤਰ੍ਹਾਂ ਦਾ ਜਿਹੜਾ
ਤੁਸੀਂ ਚਾਹੁੰਦੇ ਹੋ ਕਿ ਅੱਗੇ ਕਾਰਵਾਈ ਹੋਵੇ ਇਸ ਦੇ ਉੱਪਰ? ਦੇਖੋ ਇੱਕ ਗੱਲ ਹੈ, ਦੇਖੋ ਜਦੋਂ ਕੋਈ ਵੀ ਜੇ ਤਾਂ ਕੋਈ ਘਰੇਲੂ ਲੜਾਈ ਹੋਵੇ ਫਿਰ ਤਾਂ ਦੇਖੋ ਐਸੀ ਆ ਜਿਹੜੀ ਸਥਿਤੀ ਆ ਨਹੀਂ ਬਣਦੀ। ਇਹ ਪ੍ਰਿਤਪਾਲ ਸੀ ਜਿਹੜਾ ਆਪਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਲੈਣ ਦੇ ਲਈ ਪ੍ਰੋਟੈਸਟ ਦੇ ਵਿੱਚ ਗਿਆ ਸੀ। ਮੈਂ ਪੰਜਾਬ ਸਰਕਾਰ ਦੇ ਅੱਗੇ ਇੱਕ ਬੇਨਤੀ ਕਰਦਾ ਕਿ ਵੀ ਜਿਸ ਤਰੀਕੇ ਤੁਸੀਂ ਸ਼ੁਭ ਕਰਮਾਂ ਨੂੰ ਮਾਲੀ ਸਹਾਇਤਾ ਵਾਸਤੇ ਕੁਛ ਕਰਿਆ, ਮੈਂ ਪ੍ਰਿਤਪਾਲ ਵਾਸਤੇ ਵੀ ਕਹਿੰਦਾ ਵੀ ਕਿ ਕੁਛ ਨਾ ਕੁਛ ਤੁਸੀਂ ਇਹਨੂੰ ਵੀ ਜ਼ਰੂਰ ਦਿਓ, ਜਿਵੇਂ ਵੀ ਹੋ ਸਕਦਾ ਹੈ। ਸਰਕਾਰ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ ਹੁੰਦਾ, ਜੋ ਵੀ ਤੁਹਾਡੇ ਕੋਲ ਹੁੰਦਾ ਮਾਲੀ ਸਹਾਇਤਾ ਜ਼ਰੂਰ ਪ੍ਰਿਤਪਾਲ ਨੂੰ ਕਰੀ ਕਰ। ਕਾਨੂੰਨੀ ਕਾਰਵਾਈ ਦਾ ਵੀ ਸ਼ੁਭ ਕਰਮਨ ਦੇ ਬਾਰੇ ਕਿਹਾ ਜਾ ਰਿਹਾ, ਜਾਂ ਜਿਹੜੇ ਲਾਪਤਾ ਨੌਜਵਾਨ ਵੀ ਪੰਜਾਬ ਵਾਲੀ ਸਾਈਡ ਆ ਕੇ, ਤੁਸੀਂ ਇਸ ਤਰ੍ਹਾਂ ਦਾ ਵੀ ਕੁਛ ਤੁਸੀਂ ਕਰ ਰਹੇ ਹੋ ਜੀ? ਦੇਖੋ ਪ੍ਰਿਤਪਾਲ ਤੇ 307 ਧਾਰਾ ਜਿਹੜੀ ਲਾਈ ਹੋਈ ਹੈ ਹਰਿਆਣਾ ਸਰਕਾਰ ਵੱਲੋਂ, ਹਰਿਆਣਾ ਪੁਲਿਸ ਵੱਲੋਂ, ਸਰਕਾਰ ਵੱਲੋਂ ਹੀ ਕਵਾਂਗੇ ਅਸੀਂ ਤਾਂ, ਜਦੋਂ ਸਰਕਾਰ ਦੇ ਪ੍ਰੈਸ਼ਰ ਨਾਲ ਲੱਗੀ ਹੈ। ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਛੋਟਾ ਕਿਸਾਨ ਹੈ, 1.5-2 ਕਿੱਲੇ ਵਾਲਾ ਕਿਸਾਨ ਹੈ, ਇਹ ਜਿਹੜੀਆਂ ਐਡੀ ਵੱਡੀ ਜਿਹੜੀ ਧਾਰਾ ਲੱਗੀ ਹੈ ਇਹਦੇ ਤੋਂ ਭੁਗਤੀ ਨਹੀਂ ਜਾਣੀ। ਤੁਸੀਂ ਸੀਐਮ ਤੋਂ ਸੀਐਮ ਗੱਲ ਕਰਕੇ ਇਹ ਜਿਹੜਾ ਪਰਚਾ ਹੈ ਕੈਂਸਲ ਜਲਦੀ ਤੋਂ ਜਲਦੀ ਕੈਂਸਲ ਕਰਵਾਇਆ ਜਾਵੇ, ਕਿਉਂਕਿ ਉਹ ਜੇ ਉਹਨੂੰ ਹਜੇ ਪਤਾ ਨਹੀਂ, ਜੇ ਉਹਨੂੰ ਪਤਾ ਲੱਗਿਆ ਕੁਛ ਤਾਂ ਉਹ ਇਲਾਜ ਹੋਣ ਤੋਂ ਬਾਅਦ ਸਾਨੂੰ ਇਹ ਆ ਵੀ ਉਹਨੂੰ ਕੋਈ ਮੈਂਟਲੀ ਵੀ ਪ੍ਰੋਬਲਮ ਨਾ ਹੋ ਜਾਵੇ ਜੇ ਉਹਨੂੰ ਪਤਾ ਲੱਗਦਾ ਤਾਂ। ਜੀ ਧੰਨਵਾਦ।